सत श्री अकाल जी, मैं अमरजीत मान, तुसीं देख रहे हो ए तमान चैनल। सो कुराली शहर का हुण इन्ना बुरा हाल हो गया, इन्ने क हालात माड़े हो गए कि नित चोरियां इत्थे देखण नूं मिलदियां ने। सो अज भी सब्जी मंडी कुराली वार्ड नंबर 13 दे विच, जिथे कि ये वीर जी ने साढ़े नाल इन्हां दा मोटरसाइकिल चोरी होया ते आपां गलबात करदे आं इन्हां दे नाल। हाँ जी वीर जी, नमस्कार जी। नमस्कार जी। हाँ जी, की वारदात हुई जी? मैं 2 बजे खाना खाण आया जी, मोटरसाइकिल उरे लाया हुआ सी घर दे बाहर जी। इन्हां नूं पता नहीं 20-21 साल दे मुंडे इधरों अपना मोटरसाइकिल लेके आए जी, चोर चाबी लेके मोटरसाइकिल लेके मेरा भज गया। मैं पिछा भी किया जी उन्हां दा, पर मेरे हाथ नहीं आए जी। ਕਿੰਨਾ ਨੰਬਰ ਹੈ ਆਪਣਾ ਮੋਟਰਸਾਈਕਲ ਦਾ? PB 27F 4787 PB 27F 4787 ਜੀ। ਸੋ ਮਤਲਬ ਕਿ 2-3 ਮਿੰਟ ਦੇ ਵਿੱਚ ਹੀ ਸਾਰਾ ਕੰਮ ਹੋ ਗਿਆ? 2 ਮਿੰਟ ਲੱਗੇ ਜੀ ਬਸ। 2 ਮਿੰਟ ਲੱਗੇ? ਹਾਂਜੀ। ਠੀਕ ਹੈ ਜੀ। ਤੁਸੀਂ ਅੰਦਰ ਖਾਣਾ ਖਾਣ ਗਏ ਸੀ ਅੰਦਰ? ਹਾਂਜੀ, ਅੰਦਰ ਖਾਣਾ ਖਾ ਰਹੇ ਸੀ, ਮੋਟਰਸਾਈਕਲ ਸਟਾਰਟ ਹੋਣ ਦੀ ਆਵਾਜ਼ ਆਈ, ਮੇਰੀ ਵਾਈਫ ਨੇ ਸ਼ੋਰ ਮਚਾਇਆ ਜੀ ਜੀ, ਤਾਂ ਮੈਂ ਭੱਜਿਆ ਬਾਹਰ ਆਇਆ। ਇਹਨਾਂ ਨੂੰ ਲੈ ਕੇ ਜਾ ਚੁੱਕੇ ਸੀ ਜੀ ਜੀ, ਮੈਂ ਪਿੱਛੇ ਭੱਜਿਆ ਉਹਨਾਂ ਦੇ ਜੀ, ਉਹ ਮੋਟਰਸਾਈਕਲ ਮੈਂ ਪੈਦਲ ਸੀ ਜੀ ਜੀ, ਉਹ ਮੇਰੇ ਹੱਥ ਨੇ ਆਏ ਲੰਘੇ ਜੀ। ਪੁਲਿਸ ਰਿਪੋਰਟ ਕੋਈ? ਪੁਲਿਸ ਰਿਪੋਰਟ ਦਈ ਹੈ ਜੀ। ਹਾਂਜੀ, ਰਿਪੋਰਟ ਲਿਖਾਈ ਹੈ ਜੀ। ਪੁਲਿਸ ਵਾਲੇ ਕਹਿੰਦੇ ਭਾਈ ਕਿਆ ਬਣਨਾ ਜੀ, ਕਹਿੰਦੇ ਹੁਣ ਵੀ ਜਿਹੜੇ ਇੰਸ਼ੋਰੈਂਸ ਆਈ ਵੀ ਇੰਸ਼ੋਰੈਂਸ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਜੇ ਕੁਛ ਮਿਲਦਾ। ਬਾਕੀ ਹੁਣ ਐਪਲੀਕੇਸ਼ਨ ਦੇ ਕੇ ਆਏ ਹਾਂ, ਦੇਖੋ ਜੀ ਕੋਈ ਕਾਰਵਾਈ ਕਰ ਦੇਣਗੇ ਉਹ ਨਹੀਂ ਜੀ ਜੀ, ਪਰ ਸਾਨੂੰ ਉਹਨਾਂ ਨੇ ਕੋਈ ਰਿਸਪੋਂਸ ਦਿਆ ਨਹੀਂ ਜੀ ਚੰਗਾ। ਹਾਂਜੀ, ਕਹਿਣਾ ਕੀ ਚਾਹੁੰਦੇ ਫਿਰ ਤੁਸੀਂ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਵੀ ਸਾਡੇ ਇੱਕ ਕਾਰਵਾਈ ਕਰੀ ਜਾਵੇ, ਸਾਡਾ ਮੋਟਰਸਾਈਕਲ ਲੱਭਿਆ ਜਾਵੇ ਜੀ, ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਜੀ। ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਕਿ ਇਹ ਮੋਟਰਸਾਈਕਲ 'ਤੇ ਜੋ 2 ਵਿਅਕਤੀ ਆਏ ਨੇ ਅਤੇ ਇੱਥੇ ਇਹਨਾਂ ਨੇ ਇੱਕ ਚੱਕਰ ਲਗਾਇਆ ਹੈ ਅਤੇ ਫਿਰ ਇਹ ਅੱਗੇ ਚਲੇ ਜਾਂਦੇ ਨੇ। ਸੋ ਥੋੜ੍ਹੀ ਦੂਰੀ 'ਤੇ ਜਾ ਕੇ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਅਤੇ ਇਹ ਫਿਰ ਦੇਖੋ ਵਾਪਸ ਆ ਰਹੇ ਨੇ। ਸੋ ਵਾਪਸ ਆ ਕੇ ਉਸ ਗਲੀ ਦੇ ਵਿੱਚ ਚਲੇ ਗਏ ਜਿੱਥੇ ਮੋਟਰਸਾਈਕਲ ਖੜ੍ਹਾ ਹੈ। ਸੋ ਦੋਨੋਂ ਆ ਗਏ ਇਹ ਅਲੱਗ ਅਲੱਗ ਮੋਟਰਸਾਈਕਲਾਂ 'ਤੇ, ਅਤੇ ਪਿੱਛੇ ਉਹ ਵਿਅਕਤੀ ਵੀ ਭੱਜਿਆ ਹੈ ਜਿਸ ਦਾ ਮੋਟਰਸਾਈਕਲ ਚੋਰੀ ਹੋਇਆ ਹੈ, ਅਤੇ ਉਹਨਾਂ ਦੇ ਘਰ ਦੇ ਵੀ ਰੌਲਾ ਪਾਉਂਦੇ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਸੋ ਤੁਸੀਂ ਸੁਣ ਲਿਆ ਕਿ ਕਿੰਨੀ ਮੰਦਭਾਗੀ ਗੱਲ ਹੈ ਇਹ ਜੋ ਰਸਤਾ ਹੈ, ਕੋਈ ਆਮ ਰਸਤਾ ਨਹੀਂ, ਇਹ ਸਬਜ਼ੀ ਮੰਡੀ ਨੂੰ ਕ੍ਰੋਸ ਕਰਦਾ। ਇਹ ਇੱਥੇ ਇੱਕ ਸਕਿੰਟ ਦੇ ਬਾਅਦ ਆਵਾਜਾਈ ਹੈ। ਤੁਸੀਂ ਘਰ ਵੀ ਦੇਖ ਸਕਦੇ ਹੋ ਕਿ ਸਾਹਮਣੇ ਹੀ ਇਹਨਾਂ ਦਾ ਇਹ ਘਰ ਹੈ, ਅਤੇ ਇਸ ਜਗ੍ਹਾ 'ਤੇ ਇਹ ਇਹਨਾਂ ਨੇ ਮੋਟਰਸਾਈਕਲ ਖੜਾਇਆ ਅਤੇ ਆਪਣੇ ਅੰਦਰ ਵੜੇ ਹੈ। ਜਾਲੀ ਵਾਲਾ ਦਰਵਾਜ਼ਾ ਲੱਗਿਆ ਹੋਇਆ ਹੈ ਅਤੇ 2 ਮਿੰਟ ਦੇ ਵਿੱਚ ਹੀ ਇਹਨਾਂ ਨੂੰ ਮੋਟਰਸਾਈਕਲ ਦੀ ਆਵਾਜ਼ ਆਉਂਦੀ ਹੈ ਸਟਾਰਟ ਹੋਣ ਦੀ, ਤਾਂ ਇਹ ਪਿੱਛੇ ਭੱਜਦੇ ਨੇ, ਰੌਲਾ ਪਾਉਂਦੇ ਨੇ, ਤਾਂ ਉਹ ਕਿਸੇ ਹੱਥ ਨਹੀਂ ਲੱਗਦੇ। ਸੋ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹੋ ਜਿਹੀਆਂ ਵਾਰਤਾਂ 'ਤੇ ਨੱਥ ਪਾਈ ਜਾਵੇ, ਠੱਲ ਪਾਈ ਜਾਵੇ। ਧੰਨਵਾਦ।